ਚਲਦੀ ਸ਼ੂਟਿੰਗ ਦੌਰਾਨ ਉਦੋਂ ਭਾਜਣਾ ਪੈ ਗਈਆਂ ਜਦੋਂ ਅਦਾਕਾਰਾ ਜੈਸਮੀਨ ਪਸੀਰ ਨੂੰ ਅਚਾਨਕ ਦਿਖਣਾ ਬੰਦ ਹੋ ਗਿਆ। ਜੈਸਮੀਨ ਨੇ ਸ਼ੂਟਿੰਗ ਦੌਰਾਨ ਲੈਂਸ ਪਹਿਨੇ ਹੋਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਅੱਖਾਂ 'ਚ ਦਰਦ ਮਹਿਸੂਸ ਹੋਈ ਤੇ ਫਿਰ ਸ਼ੂਟਿੰਗ ਕਰਦਿਆਂ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ, ਜਿਸ ਕਾਰਨ ਜੈਸਮੀਨ ਵੀ ਪਰੇਸ਼ਾਨ ਹੋ ਗਏ ਤੇ ਉਹਨਾਂ ਦੇ ਬਾਕੀ ਸਾਥੀ ਕਲਾਕਾਰਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਤੁਰੰਤ ਜੈਸਮੀਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਦੇ ਕੋਰਨੀਆ ਡੈਮੇਜ ਹੋਣ ਦੀ ਗੱਲ ਆਖੀ ਹੈ, ਜਿਸ ਲਈ ਜੈਸਮੀਨ ਦੀਆਂ ਅੱਖਾਂ ਤੇ ਪੱਟੀ ਬੰਨੀ ਗਈ ਹੈ ਤੇ ਡਾਕਟਰਾਂ ਦੇ ਮੁਤਾਬਿਕ ਜੈਸਮੀਨ ਨੂੰ ਠੀਕ ਹੋਣ 'ਚ 5 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਜੈਸਮੀਨ ਨੂੰ ਦੇਖਣ ਦੇ ਵਿੱਚ ਕਾਫੀ ਦਿੱਕਤ ਹੋ ਰਹੀ ਹੈ। ਜੈਸਮੀਨ ਨੇ ਖੁਦ ਦੱਸਿਆ ਹੈ ਕਿ ਉਸ ਨਾਲ ਇਹ ਘਟਨਾ ਕਿਵੇਂ ਹੋਈ ਹੈ। ਅਦਾਕਾਰਾ ਨੇ ਦੱਸਿਆ ਹੈ ਕਿ 17 ਜੁਲਾਈ ਨੂੰ ਉਹ ਦਿੱਲੀ ਦੇ ਵਿੱਚ ਇੱਕ ਈਵੈਂਟ ਤੇ ਗਏ ਸੀ, ਜਿਸ ਲਈ ਉਹ ਤਿਆਰ ਹੋ ਰਹੇ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੇ ਲੈਂਸ ਵਿੱਚ ਕੋਈ ਖਰਾਬੀ ਸੀ, ਪਰ ਜਿਵੇਂ ਹੀ ਉਹਨਾਂ ਨੇ ਲੈਂਸ ਪਹਿਨੇ ਤਾਂ ਉਹਨਾਂ ਦੇ ਅੱਖਾਂ ਦੇ ਵਿੱਚ ਦਰਦ ਸ਼ੁਰੂ ਹੋ ਗਿਆ, ਜੋ ਹੌਲੀ ਹੌਲੀ ਵਧਣ ਲੱਗਿਆ। ਜੈਸਮੀਨ ਨੇ ਕਿਹਾ ਹੈ ਕਿ ਉਹ ਡਾਕਟਰ ਕੋਲ ਜਾਣਾ ਤਾਂ ਚਾਹੁੰਦੇ ਸੀ, ਪਰ ਉਸ ਦੌਰਾਨ ਉਹ ਸ਼ੂਟਿੰਗ ਦੇ ਵਿੱਚ ਬਿਜ਼ੀ ਸੀ, ਜਿਸ ਲਈ ਉਹਨਾਂ ਨੇ ਸ਼ੂਟਿੰਗ ਖਤਮ ਕਰਕੇ ਉਸ ਤੋਂ ਬਾਅਦ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ। ਜਦੋਂ ਜੈਸਮੀਨ ਸ਼ੂਟਿੰਗ ਤੋਂ ਫ੍ਰੀ ਹੋਏ ਤਾਂ ਫਿਰ ਉਹ ਡਾਕਟਰਾਂ ਦੇ ਕੋਲ ਜਾਣਾ ਚਾਹੁੰਦੇ ਸਨ, ਪਰ ਇਸ ਤੋਂ ਪਹਿਲਾਂ ਉਹਨਾਂ ਨੇ ਈਵੈਂਟ ਦੇ ਵਿੱਚ ਸਨਗਲਾਸਿਸ ਪਾਏ ਹੋਏ ਸਨ, ਜਿਸ ਲਈ ਉਹਨਾਂ ਦਾ ਥੋੜਾ ਬਚਾਅ ਹੋ ਗਿਆ, ਪਰ ਬਾਅਦ ਵਿੱਚ ਉਹਨਾਂ ਨੂੰ ਬਿਲਕੁਲ ਦਿਖਣਾ ਬੰਦ ਹੋ ਗਿਆ। ਟੀਮ ਨੇ ਉਹਨਾਂ ਦੀ ਮਦਦ ਕੀਤੀ, ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਜੈਸਮੀਨ ਦੀ ਅੱਖਾਂ ਦੇ ਕੋਰਨੀਆ ਡੈਮੇਜ ਹੋਣ ਦੀ ਗੱਲ ਆਖੀ, ਜਿਸ ਤੋਂ ਬਾਅਦ ਉਹਨਾਂ ਦੇ ਅੱਖਾਂ ਤੇ ਪੱਟੀ ਬੰਨੀ ਗਈ ਤੇ ਤੁਰੰਤ ਜੈਸਮੀਨ ਨੂੰ ਮੁੰਬਈ ਲਿਆਂਦਾ ਗਿਆ। ਇੱਥੇ ਆ ਕੇ ਉਹਨਾਂ ਨੇ ਆਪਣਾ ਇਲਾਜ ਸ਼ੁਰੂ ਕਰਵਾਇਆ ਹੈ ਤੇ ਮੌਜੂਦਾ ਕੰਡੀਸ਼ਨ ਬਾਰੇ ਦੱਸਦਿਆਂ ਹੋਇਆਂ ਜੈਸਮੀਨ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਦਰਦ ਮਹਿਸੂਸ ਹੋ ਰਿਹਾ ਹੈ ਤੇ ਡਾਕਟਰ ਨੇ ਕਿਹਾ ਹੈ ਕਿ ਉਹਨਾਂ ਨੂੰ 4 ਤੋਂ 5 ਦਿਨ ਲੱਗ ਸਕਦੇ ਨੇ ਬਿਲਕੁਲ ਠੀਕ ਹੋਣ ਦੇ ਵਿੱਚ, ਪਰ ਉਦੋਂ ਤੱਕ ਉਹਨਾਂ ਨੂੰ ਆਪਣਾ ਖਿਆਲ ਰੱਖਣਾ ਹੋਏਗਾ। ਜੈਸਮੀਨ ਦਾ ਕਹਿਣਾ ਹੈ ਕਿ ਉਹਨਾਂ ਲਈ ਸਭ ਕੁਝ ਆਸਾਨ ਨਹੀਂ ਹੈ, ਕਿਉਂਕਿ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਦਰਦ ਕਾਰਨ ਸੌਣਾ ਵੀ ਮੁਸ਼ਕਲ ਹੋ ਰਿਹਾ ਹੈ, ਪਰ ਉਹਨਾਂ ਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਕੇ ਵਾਪਸ ਪਰਤਣਗੇ। ਜੈਸਮੀਨ ਦੇ ਫੈਨਸ ਵੀ ਕਾਫੀ ਉਦਾਸ ਨੇ ਤੇ ਉਹਨਾਂ ਦੀ ਸਿਹਤਯਾਬੀ ਲਈ ਕਾਮਨਾ ਕਰ ਰਹੇ ਨੇ। ਚਲਦੀ ਸ਼ੂਟਿੰਗ ਦੌਰਾਨ ਉਦੋਂ ਭਾਜਣਾ ਪੈ ਗਈਆਂ ਜਦੋਂ ਅਦਾਕਾਰਾ ਜੈਸਮੀਨ ਪਸੀਰ ਨੂੰ ਅਚਾਨਕ ਦਿਖਣਾ ਬੰਦ ਹੋ ਗਿਆ। ਜੈਸਮੀਨ ਨੇ ਸ਼ੂਟਿੰਗ ਦੌਰਾਨ ਲੈਂਸ ਪਹਿਨੇ ਹੋਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਅੱਖਾਂ 'ਚ ਦਰਦ ਮਹਿਸੂਸ ਹੋਈ ਤੇ ਫਿਰ ਸ਼ੂਟਿੰਗ ਕਰਦਿਆਂ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ, ਜਿਸ ਕਾਰਨ ਜੈਸਮੀਨ ਵੀ ਪਰੇਸ਼ਾਨ ਹੋ ਗਏ ਤੇ ਉਹਨਾਂ ਦੇ ਬਾਕੀ ਸਾਥੀ ਕਲਾਕਾਰਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਤੁਰੰਤ ਜੈਸਮੀਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਦੇ ਕੋਰਨੀਆ ਡੈਮੇਜ ਹੋਣ ਦੀ ਗੱਲ ਆਖੀ ਹੈ, ਜਿਸ ਲਈ ਜੈਸਮੀਨ ਦੀਆਂ ਅੱਖਾਂ ਤੇ ਪੱਟੀ ਬੰਨੀ ਗਈ ਹੈ ਤੇ ਡਾਕਟਰਾਂ ਦੇ ਮੁਤਾਬਿਕ ਜੈਸਮੀਨ ਨੂੰ ਠੀਕ ਹੋਣ 'ਚ 5 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਜੈਸਮੀਨ ਨੂੰ ਦੇਖਣ ਦੇ ਵਿੱਚ ਕਾਫੀ ਦਿੱਕਤ ਹੋ ਰਹੀ ਹੈ। ਜੈਸਮੀਨ ਨੇ ਖੁਦ ਦੱਸਿਆ ਹੈ ਕਿ ਉਸ ਨਾਲ ਇਹ ਘਟਨਾ ਕਿਵੇਂ ਹੋਈ ਹੈ। ਅਦਾਕਾਰਾ ਨੇ ਦੱਸਿਆ ਹੈ ਕਿ 17 ਜੁਲਾਈ ਨੂੰ ਉਹ ਦਿੱਲੀ ਦੇ ਵਿੱਚ ਇੱਕ ਈਵੈਂਟ ਤੇ ਗਏ ਸੀ, ਜਿਸ ਲਈ ਉਹ ਤਿਆਰ ਹੋ ਰਹੇ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੇ ਲੈਂਸ ਵਿੱਚ ਕੋਈ ਖਰਾਬੀ ਸੀ, ਪਰ ਜਿਵੇਂ ਹੀ ਉਹਨਾਂ ਨੇ ਲੈਂਸ ਪਹਿਨੇ ਤਾਂ ਉਹਨਾਂ ਦੇ ਅੱਖਾਂ ਦੇ ਵਿੱਚ ਦਰਦ ਸ਼ੁਰੂ ਹੋ ਗਿਆ, ਜੋ ਹੌਲੀ ਹੌਲੀ ਵਧਣ ਲੱਗਿਆ। ਜੈਸਮੀਨ ਨੇ ਕਿਹਾ ਹੈ ਕਿ ਉਹ ਡਾਕਟਰ ਕੋਲ ਜਾਣਾ ਤਾਂ ਚਾਹੁੰਦੇ ਸੀ, ਪਰ ਉਸ ਦੌਰਾਨ ਉਹ ਸ਼ੂਟਿੰਗ ਦੇ ਵਿੱਚ ਬਿਜ਼ੀ ਸੀ, ਜਿਸ ਲਈ ਉਹਨਾਂ ਨੇ ਸ਼ੂਟਿੰਗ ਖਤਮ ਕਰਕੇ ਉਸ ਤੋਂ ਬਾਅਦ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ। ਜਦੋਂ ਜੈਸਮੀਨ ਸ਼ੂਟਿੰਗ ਤੋਂ ਫ੍ਰੀ ਹੋਏ ਤਾਂ ਫਿਰ ਉਹ ਡਾਕਟਰਾਂ ਦੇ ਕੋਲ ਜਾਣਾ ਚਾਹੁੰਦੇ ਸਨ, ਪਰ ਇਸ ਤੋਂ ਪਹਿਲਾਂ ਉਹਨਾਂ ਨੇ ਈਵੈਂਟ ਦੇ ਵਿੱਚ ਸਨਗਲਾਸਿਸ ਪਾਏ ਹੋਏ ਸਨ, ਜਿਸ ਲਈ ਉਹਨਾਂ ਦਾ ਥੋੜਾ ਬਚਾਅ ਹੋ ਗਿਆ, ਪਰ ਬਾਅਦ ਵਿੱਚ ਉਹਨਾਂ ਨੂੰ ਬਿਲਕੁਲ ਦਿਖਣਾ ਬੰਦ ਹੋ ਗਿਆ। ਟੀਮ ਨੇ ਉਹਨਾਂ ਦੀ ਮਦਦ ਕੀਤੀ, ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਜੈਸਮੀਨ ਦੀ ਅੱਖਾਂ ਦੇ ਕੋਰਨੀਆ ਡੈਮੇਜ ਹੋਣ ਦੀ ਗੱਲ ਆਖੀ, ਜਿਸ ਤੋਂ ਬਾਅਦ ਉਹਨਾਂ ਦੇ ਅੱਖਾਂ ਤੇ ਪੱਟੀ ਬੰਨੀ ਗਈ ਤੇ ਤੁਰੰਤ ਜੈਸਮੀਨ ਨੂੰ ਮੁੰਬਈ ਲਿਆਂਦਾ ਗਿਆ। ਇੱਥੇ ਆ ਕੇ ਉਹਨਾਂ ਨੇ ਆਪਣਾ ਇਲਾਜ ਸ਼ੁਰੂ ਕਰਵਾਇਆ ਹੈ ਤੇ ਮੌਜੂਦਾ ਕੰਡੀਸ਼ਨ ਬਾਰੇ ਦੱਸਦਿਆਂ ਹੋਇਆਂ ਜੈਸਮੀਨ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਦਰਦ ਮਹਿਸੂਸ ਹੋ ਰਿਹਾ ਹੈ ਤੇ ਡਾਕਟਰ ਨੇ ਕਿਹਾ ਹੈ ਕਿ ਉਹਨਾਂ ਨੂੰ 4 ਤੋਂ 5 ਦਿਨ ਲੱਗ ਸਕਦੇ ਨੇ ਬਿਲਕੁਲ ਠੀਕ ਹੋਣ ਦੇ ਵਿੱਚ, ਪਰ ਉਦੋਂ ਤੱਕ ਉਹਨਾਂ ਨੂੰ ਆਪਣਾ ਖਿਆਲ ਰੱਖਣਾ ਹੋਏਗਾ।
ਜੈਸਮੀਨ ਦਾ ਕਹਿਣਾ ਹੈ ਕਿ ਉਹਨਾਂ ਲਈ ਸਭ ਕੁਝ ਆਸਾਨ ਨਹੀਂ ਹੈ ਕਿਉਂਕਿ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਦਰਦ ਕਾਰਨ ਸੌਣਾ ਵੀ ਮੁਸ਼ਕਲ ਹੋ ਰਿਹਾ ਹੈ, ਪਰ ਉਹਨਾਂ ਨੂੰ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਕੇ ਵਾਪਸ ਪਰਤਣਗੇ। ਜੈਸਮੀਨ ਦੇ ਫੈਨਸ ਵੀ ਕਾਫੀ ਉਦਾਸ ਨੇ ਤੇ ਉਹਨਾਂ ਦੀ ਸਿਹਤਯਾਬੀ ਲਈ ਕਾਮਨਾ ਕਰ ਰਹੇ ਨੇ।